ਪੰਜਾਬ ਅੰਦਰ ਪ੍ਰੀਖਿਆਵਾਂ ਦੇ ਐਲਾਨੇ ਗਏ ਵੱਖ-ਵੱਖ ਨਤੀਜਿਆਂ ਵਿੱਚ ਇਸ ਵਾਰ ਵੀ ਇਹੀ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਨਤੀਜਿਆਂ ਵਿੱਚ ਲੜਕੀਆਂ ਯਾਨੀ ਕਿ ਕੁੜੀਆਂ ਮੁੰਡਿਆਂ ਨਾਲੋਂ ਮੋਹਰੀ ਸਾਬਤ ਹੋਈਆਂ ਨੇ ਅਤੇ ਹਰ ਖੇਤਰ ਵਿੱਚ ਅੱਗੇ ਵੱਧਦੀਆਂ ਹੋਈਆਂ ਵਿਖਾਈ ਦਿੰਦੀਆਂ ਨੇ, ਖਾਸ ਤੌਰ 'ਤੇ ਵਿੱਦਿਆ ਦੇ ਖੇਤਰ ਵਿੱਚ। ਇਸੇ ਤਰ੍ਹਾਂ ਐਤਕੀ ਦੇ ਨਤੀਜਿਆਂ ਵਿੱਚ ਇੱਕ ਗੱਲ ਇਹ ਵੀ ਕਾਫੀ ਉੱਭਰ ਕੇ ਸਾਹਮਣੇ ਆਈ ਹੈ ਕਿ ਮਾੜੇ ਹਾਲਾਤ ਦੇ ਬਾਵਜੂਦ ਅਤੇ ਕਈ ਥਾਈਂ ਸੰਘਰਸ਼ ਪੂਰਵਕ ਜ਼ਿੰਦਗੀ ਬਤੀਤ ਕਰ ਰਹੀ ਹੋਣ ਦੇ ਬਾਵਜੂਦ ਕੁੜੀਆਂ ਨੇ ਸਾਰੇ ਹਾਲਾਤਾਂ ਦੇ ਨਾਲ ਜੂਝਦਿਆਂ ਬਿਹਤਰੀਨ ਨਤੀਜੇ ਹਾਸਲ ਕੀਤੇ ਨੇ। ਆਪਣੀ ਮਿਹਨਤ ਦੇ ਦਮ ਉੱਤੇ ਵਧੀਆ ਨਤੀਜੇ ਲਿਆ ਕੇ ਇਲਾਕੇ ਦਾ, ਮਾਤਾ ਪਿਤਾ ਦਾ ਨਾਂ ਰੌਸ਼ਨ ਕੀਤਾ। ਅਜਿਹੀ ਹੀ ਇੱਕ ਮਿਸਾਲ ਸਾਹਮਣੇ ਆਉਂਦੀ ਹੈ ਕਰਤਾਰਪੁਰ ਦੀ ਇੱਕ ਲੜਕੀ ਦੀ, ਜਿਸਨੇ ਆਪਣੀ ਮਿਹਨਤ ਦੇ ਬਲਬੂਤਿਆਂ 12ਵੀਂ ਜਮਾਤ ਵਿੱਚ 85% ਅੰਕ ਲੈ ਕੇ ਆਪਣੇ ਪਰਿਵਾਰ ਦਾ ਨਾਂ ਰੌਸ਼ਨ ਕੀਤਾ। ਇਸ ਹੋਣਹਾਰ ਲੜਕੀ ਦੇ ਜੀਵਨ ਦੀ ਗਾਥਾ ਹੋਰਨਾਂ ਲਈ ਪ੍ਰੇਰਣਾ ਦਾ ਸਰੋਤ ਵੀ ਬਣਦੀ ਹੈ, ਕਿਉਂਕਿ ਇਸ ਲੜਕੀ ਹਰਿੰਦਰ ਕੌਰ ਪੁੱਤਰੀ ਗੁਰਬਤ ਸਿੰਘ ਕਰਤਾਰਪੁਰ ਦਾ ਇਹ ਦੱਸਣਾ ਹੈ ਕਿ ਉਸ ਦੇ ਘਰ ਵਿੱਚ ਗਰੀਬੀ ਹੋਣ ਕਰਕੇ ਉਸ ਦਾ ਕਈ ਪਾਸੇ ਸੁਪਨਾ ਅਧੂਰਾ ਰਹਿ ਗਿਆ ਅਤੇ ਇੱਕ ਵੇਲੇ ਪੜ੍ਹਾਈ ਵੀ ਉਸ ਦੀ ਛੁੱਟਦੀ ਹੋਈ ਵਿਖਾਈ ਦੇ ਰਹੀ ਸੀ, ਪਰ ਕਈ ਸਮਾਜ ਸੇਵੀ ਸੰਸਥਾਵਾਂ ਨੇ ਉਸ ਦੀ ਮਦਦ ਕੀਤੀ। ਇਸੇ ਮਦਦ ਅਤੇ ਹੱਲਾਸ਼ੇਰੀ ਸਦਕਾ ਉਹ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਤੱਕ ਅੱਪੜੀ ਅਤੇ ਉੱਥੇ ਉਸਨੇ ਹੁਣ 85% ਅੰਕ ਲੈ ਕੇ ਉਸ ਵਿੱਚ ਭਰੋਸਾ ਪ੍ਰਗਟਾਉਣ ਵਾਲੇ ਸਾਰੇ ਲੋਕਾਂ ਨੂੰ ਇੱਕ ਬਹੁਤ ਮਾਣ ਵਾਲੀ ਖਬਰ ਅਤੇ ਪ੍ਰਾਪਤੀ ਕਰਕੇ ਦਿੱਤੀ ਹੈ। ਇਸ ਲੜਕੀ ਦਾ ਅੱਗੇ ਵੀ ਪੜ੍ਹਨ ਦਾ ਸੁਪਨਾ ਹੈ ਅਤੇ ਉਸ ਦਾ ਕਹਿਣਾ ਹੈ ਕਿ ਉਹ ਵੱਧ ਤੋਂ ਵੱਧ ਨੰਬਰ ਹਾਸਲ ਕਰਨ ਦੀ ਚਾਹਵਾਨ ਹੈ ਅਤੇ ਅੱਗੇ ਜਾ ਕੇ MSc ਨਰਸਿੰਗ ਕਰਨ ਉਪਰੰਤ ਆਪਣੇ ਮਾਤਾ ਪਿਤਾ, ਸਕੂਲ ਅਤੇ ਮਦਦ ਕਰਨ ਵਾਲੀਆਂ ਸੰਸਥਾਵਾਂ ਦਾ ਮੁੱਲ ਮੋੜਨਾ ਚਾਹੁੰਦੀ ਹੈ। ਇਸ ਲੜਕੀ ਦੇ ਸੰਘਰਸ਼ ਭਰਪੂਰ ਜੀਵਨ ਦੀ ਇੱਕ ਹੋਰ ਵੱਡੀ ਗੱਲ ਇਹ ਵੀ ਹੈ ਕਿ ਉਸ ਦੀ ਮਾਤਾ ਨੇ ਉਸਨੂੰ ਗੋਦ ਲੈ ਕੇ ਪਾਲਿਆ ਹੈ। ਘਰ ਵਿੱਚ ਗਰੀਬੀ ਹੋਣ ਕਰਕੇ ਘਰ ਦਾ ਗੁਜ਼ਾਰਾ ਅਤੇ ਲੜਕੀ ਦੀ ਪੜ੍ਹਾਈ ਦਾ ਖਰਚਾ ਉਹਨਾਂ ਨੇ ਆਪਣੇ ਬਲਬੂਤੇ ਇਕੱਠਾ ਕਰਨ ਦੀ ਹਮੇਸ਼ਾ ਕੋਸ਼ਿਸ਼ ਕੀਤੀ ਹੈ। ਲੜਕੀ ਦੀ ਮਾਤਾ ਘਰੇਲੂ ਕੰਮਕਾਰ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੀ ਹੈ। ਉਸ ਦਾ ਕਹਿਣਾ ਹੈ ਕਿ ਜੇਕਰ ਉਸ ਦੀ ਧੀ ਨੂੰ ਕੁਝ ਹੋਰ ਮਦਦ ਮਿਲਦੀ ਅਤੇ ਕੁਝ ਹੋਰ ਸਾਧਨ ਉਸ ਦੇ ਕੋਲ ਮੌਜੂਦ ਹੁੰਦੇ ਤਾਂ ਉਹ ਇਸ ਤੋਂ ਵੀ ਬਿਹਤਰ ਨੰਬਰ ਲੈ ਕੇ ਪੰਜਾਬ ਦੇ ਸੁਨਹਿਰੀ ਪੰਨਿਆਂ ਵਿੱਚ ਆਪਣਾ ਨਾਂ ਦਰਜ ਕਰਵਾ ਸਕਦੀ ਸੀ। ਲੜਕੀ ਹਰਿੰਦਰ ਕੌਰ ਬਾਰੇ ਇਹ ਵੀ ਪਤਾ ਲੱਗਦਾ ਕਿ ਉਸਨੇ ਇਸ ਤੋਂ ਪਹਿਲਾਂ ਵੀ ਪਿਛਲੀਆਂ ਪ੍ਰੀਖਿਆਵਾਂ ਵਿੱਚ ਵੀ ਇਸੇ ਤਰ੍ਹਾਂ ਬਿਹਤਰੀਨ ਅੰਕ ਲੈ ਕੇ ਵਧੀਆ ਨਤੀਜੇ ਲਿਆਂਦੇ ਨੇ। ਮੈਂ +2 ਦੀ ਜਿਹੜੀ ਆਪਣੀ ਸਟੱਡੀਜ਼ ਹੈ ਉਹ ਹਿੰਦੂ ਕੰਨਿਆ ਕਾਲਜ ਵਿੱਚ ਕੀਤੀ ਹੈ ਅਤੇ ਮੈਡੀਕਲ ਸਟ੍ਰੀਮ ਮੈਂ ਲਈ ਸੀਗੀ। 88% ਆਏ ਇਸ ਵਾਰ। ਕਿਸ ਤਰ੍ਹਾਂ ਨੰਬਰ ਜਿਹੜੇ ਪੋਜੀਸ਼ਨ ਤੁਸੀਂ ਹਾਸਲ ਕੀਤੀ, ਕਿੰਨੇ ਪਰਸੈਂਟ ਨੰਬਰ ਆਏ ਤੁਹਾਡੇ? ਮੇਰੇ +1 'ਚੋਂ 84% ਸੀਗੇ। ਫਿਰ ਮੈਨੂੰ ਇਸ ਤਰ੍ਹਾਂ ਹੈਲਪ ਦੇ ਰਾਹੀਂ ਮੈਂ ਆਪਣੀ ਅੱਗੇ ਸਟੱਡੀਜ਼ ਕੰਟੀਨਿਊ ਕੀਤੀਆਂ। ਫਿਰ ਮੈਨੂੰ ਲੱਗਾ ਕਿ ਮੈਂ ਹੋਰ ਵਧੀਆ ਕਰ ਸਕਦੀ ਹਾਂ, ਜੇ ਹੋਰ ਜ਼ਿਆਦਾ ਨੰਬਰ ਆਊਗੀ ਤਾਂ ਫਿਰ ਹੋਰ ਮੈਨੂੰ ਹੈਲਪ ਮਿਲ ਸਕਦੀ ਹੈ। ਇਸ ਲਈ ਮੈਂ +2 ਦੇ ਵਿੱਚ ਲਾਈਕ ਰਾਤ ਦੇ 11-12 ਵਜੇ ਤੱਕ ਮੈਂ ਪੜ੍ਹਦੀ ਰਹੀ ਹਾਂ ਤਾਂ ਕਿ ਮੈਨੂੰ ਜ਼ਿਆਦਾ ਤੋਂ ਜ਼ਿਆਦਾ ਨੰਬਰ ਜਿਹੜੀ ਆ ਮੈਂ ਲੈ ਸਕਾਂ ਅਤੇ ਮੇਰੀ ਅੱਗੇ ਸਟੱਡੀਜ਼ ਕੰਟੀਨਿਊ ਰਹਿ ਸਕੇ। ਇਹ ਪੜ੍ਹਾਈ ਕਰਨ ਵਿੱਚ ਤੁਹਾਨੂੰ ਸਭ ਤੋਂ ਵੱਧ ਕਿਸ ਤਰ੍ਹਾਂ ਹੈਲਪ ਹੋਈ ਹੈ? ਮੈਨੂੰ ਸਭ ਤੋਂ ਜ਼ਿਆਦਾ ਹੈਲਪ ਵਿੱਚ ਮੇਰੀ ਮੰਮਾ ਨੇ ਮਦਦ ਕੀਤੀ ਹੈ। ਮੀਨਸ ਕਿ ਸ਼ੁਰੂ ਤੋਂ ਲੈ ਕੇ ਮੇਰੇ ਨਾਲ ਰਹੇ ਹੈ, ਕਿਸੇ ਨੇ ਇੰਨਾ ਸਾਥ ਨਹੀਂ ਦਿੱਤਾ ਜਿੰਨਾ ਮੇਰੀ ਮੰਮਾ ਨੇ ਦਿੱਤਾ ਹੈ ਮੇਰਾ। ਕੀ ਕੰਮ ਕਰਦੇ ਮੰਮੀ ਪਾਪਾ? ਮੰਮਾ ਹਾਊਸਵਾਈਫ ਹੈ ਅਤੇ ਪਾਪਾ ਇੱਧਰ ਨਹੀਂ ਰਹਿੰਦੇ, ਛੱਤੀਸਗੜ੍ਹ ਵਾਲੇ ਪਾਸੇ ਰਹਿੰਦੇ ਆ। ਬਟ ਉਹਨਾਂ ਨੇ ਕਦੀ ਪੁੱਛਿਆ ਨਹੀਂ ਹਾਲ ਕੀ ਹੈ ਅਤੇ ਕੀ ਨਹੀਂ, ਸਾਥ ਮਤਲਬ ਛੱਡ ਦਿੱਤਾ ਹੋਇਆ। ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਆਪਣੀ ਪੜ੍ਹਾਈ ਦੇ ਦਰਮਿਆਨ ਤੁਸੀਂ ਕੀ ਬਣਨਾ ਚਾਹੁੰਦੇ ਹੋ ਇਸ ਪੜ੍ਹਾਈ? ਮੈਂ ਐਕਚੁਅਲੀ ਆਈਲੈਟਸ ਕਰਕੇ MSc ਨਰਸਿੰਗ ਕਰਨਾ ਚਾਹੀਦੀ ਹੈ ਕਿਉਂਕਿ ਉਹਦਾ ਸਕੋਪ ਬਹੁਤ ਹੈ ਬਾਹਰ, ਇਸ ਲਈ ਮੈਂ ਮੈਡੀਕਲ ਲਾਈਨ ਵਿੱਚ ਜਾਣਾ ਚਾਹੁੰਦੀ ਹਾਂ। ਕੀ ਮੈਸੇਜ ਦੇਣਾ ਚਾਹੁੰਦੇ ਹੋ ਹੋਰਨਾਂ ਬੱਚਿਆਂ ਨੂੰ ਜਾਂ ਮਤਲਬ ਪੜ੍ਹਾਈ ਦੇ ਕਿਸ ਤਰ੍ਹਾਂ ਕਰਨਾ ਚਾਹੁੰਦੇ ਹੋ? ਮੈਂ ਇਹੀ ਮੈਸੇਜ ਦਊਂਗੀ ਕਿ ਆਪਣੀ ਸਟੱਡੀਜ਼ ਜਿਹੜੀਆਂ ਵਾ ਵਧੀਆ ਕਰਕੇ ਕਰੋ, ਆਪਣਾ ਫਿਊਚਰ ਸੈੱਟ ਕਰੋ। ਬਿਕੋਜ਼ ਜਿੱਦਾਂ ਬਾਹਰ ਦੇ NRI ਆ ਇੱਥੇ ਦੇ ਲੋਕਾਂ ਦੀ ਹੈਲਪ ਕਰਦੇ ਪਏ ਆ, ਉਸ ਤਰ੍ਹਾਂ ਮੇਰਾ ਵੀ ਹੈਗਾ ਵਾ ਕਿ ਮੈਂ ਹੈਲਪ ਕਰਾਂ, ਇੱਥੇ ਦੇ ਲੋਕਾਂ ਦੀ ਇੱਕ ਸਕੂਲ ਖੋਲ੍ਹਾਂ ਜਿਹੜੀ ਕੁੜੀਆਂ ਜਿਹੜੀਆਂ ਨਹੀਂ ਪੜ੍ਹ ਸਕਦੀਆਂ ਹੈਗੀਆਂ ਵਾ, ਉਹ ਮੇਰਾ ਡ੍ਰੀਮ ਆ ਕਿ ਮੈਂ ਉਹਨਾਂ ਨੂੰ ਪੜ੍ਹਾਵਾਂ।
ਤੁਸੀਂ ਕਿਸ ਤਰ੍ਹਾਂ ਦੀ ਹੈਲਪ ਚਾਹੁੰਦੇ ਹੋ ਕਿ ਮੈਂ ਜਿਹਦੇ ਨਾਲ ਆਪਣੀ ਮੰਜ਼ਿਲ ਜਿਹੜੀ ਪੂਰੀ ਕਰ ਸਕਾਂ? हेल्प मीन्स कि मैनू फाइनेंशियली हेल्प की लोड़ है, बाकी मैं आप खुद मेहनत करके अपनी एक काबिल ते पहुंचना चाहनी है, जिन्ना एनआरआई की वजह से मैं इतने तक पहुंची हाँ, और अगे भी मेरी हेल्प कर मैं अपनी स्टडीज अगे भी कंटिन्यू कर सकूं। पढ़ाई ਦੇ ਨਾਲ ਬੇਟਾ ਹੋਰ ਕੀ ਕੀ ਮਤਲਬ ਕਰਦੇ ਹੋ? स्टडीज के नाल मैनू जिदा बुक रीडिंग का शौक है, बुक्स पढ़निया वधिया लगदियां है, जिदा इंग्लिश बुक्स हो गई जां कोई भी इस तरह दी बुक्स वधिया लगदियां जिन्ना तो आपां नूं नॉलेज गेन होवे। होर की काम करदे हो पढ़ाई नूं अगे तोरन? होर ते हाँ जी, अपने घर दे जिहड़े घरेलू काम है वह करदी हाँ, मैं मम्मा की हैल्प करदी जिदा, इसलिए इस तरीके दे नाल मैं अपनी मम्मा की भी हैल्प कर दिंदी हाँ, मैं भी स्टडीज दे विच हैल्प कर दिंदी हाँ। किन्ने भैण भरा तुसीं? मेरी एक ही ब्रदर है मेरा, उन्हां दी मैरिज हो गई है ते छोटी कुड़ी है, वह भी मेरी भैन वर्गी है, उन्हां नूं मैं उन कुड़ी नूं मैं पढ़ानी है रोज। मैनू अपनी बेटी ते बहुत माण है कि उसने इन्नी मेहनत करके जिहड़ा ये मुकाम हासिल किया है, भी बहुत मुश्किलों के मैं बेटी नूं पढ़ाया है, इत्थों तक कि मैं घरां दा झाड़ू पोचा भी करती रही हाँ, ते मेरी बेटी ने अज जो मुकाम हासिल किया है, पहले भी उन्हें 84% नंबर लाए ते इस बार भी 88% नंबर लैके जिहड़ा वा वह मेरा माण वधाया है, रिस्पैक्ट मिली है मैनू समाज के, एक समाज लई मेरा यही सुनेहा है कि बेटियां नूं पढ़ाओ, अपनिया बेटियां जिहड़ियां यही अपना जिहड़ा वा वह धन वा, और इन्हां नूं दतकारो ना ते बेटियां नूं पढ़ाओ। जेकर पढ़ाई की गल कीती जाए तो किस तरह खर्चा जिहड़ा पढ़ाई का चलता सीगा, और घर दे कमाण वाला कहिंदे कि नहीं आया? हाँ जी, इस तरह भी बेटी यदी इसकी पढ़ाई जी है तकरीबन पंजवीं च पढ़ती ही जदों की मतलब ये पोजिशन साड़ी डावाडोल हुई, उस तो बाद 2.5 साल एक स्कूल के अपने मतलब मेहनत करके इन्ने नंबर वेख के तो फिर कोई फीसा का मैं कहता नहीं, 2.5 साल एक स्कूल से बिना फीसा तो पढ़ी, फिर 1.5 साल जोड़ा वा एक होर स्कूल इनू मतलब खुसरोपुर पढ़ती रही है बिना फीसा तो, एक भी पैसा असी नहीं इन्ह दो स्कूलों के दिता। उस तो बाद जो इन्हें 10th कर ली है तो 97% नंबर ये आए है, तो फिर इदा सानू मतलब वीडियो बना के लैके गए जिमें वीडियो बना रहे हो, तो फिर उतो बहरों हैल्प NRI लोगों ने की साड़ी बच्ची की परसेंटेज वेख के, फिर बेटी ने भी थोड़ा ये होया कि मैं ज़्यादा मेहनत करा तो मैं जी हैल्प मिलती रहे, और होर फिर NRI लोगों कॉन्टैक्ट होया, ऑनलाइन पढ़ाई सी टच स्क्रीन फोन मैं लेना पाया, NRI लोगों ने बहुत मेरी हैल्प की है, बहुत बहुत धन्यवाद सारिया का, परमात्मा बहुत बहुत तरक्या बख्शी उन्होंने लंबी उम्र दे। मेरे हसबेंड जी है वो तकरीबन काफी टाइम तो फिर उन्होंने साढ़े नाल कोई कॉन्टैक्ट नहीं रखिया, तो उस तो बाद जो बेटा है मेरा शादी हो चुकी है, पुत्री है मेरी नाल 11 साल की, तो फिर बेटा मेरा जिहड़ा वो फर्नीचर कारपेंटर का काम करता है, तो उहदे नाल ही साडा घर का गुजारा चल रहा है, बाकी तुसीं घर की पोजिशन देख ही चुके हो। असी मैं ये मंग करदी कि हुण मतलब बेटी की पढ़ाई जिवें +2 हो चुकी है, गांव भी बेटी आईलैट्स करना चाहती है, तो मैनू जिहड़ी है वो हैल्प दी फाइनैंशियली मदद जिहड़ी कीती आ। ਅਸੀਂ ਕਰਤਾਰਪੁਰ ਗੇਂਦਾ ਵਾਲਾ ਮੁਹੱਲਾ ਜਿਹੜਾ ਜਲੰਧਰ। ਮੇਰਾ ਨਾਂ ਰਜਵੰਤ ਕੌਰ ਜੀ। ਬਹੁਤ ਸਾਰੀਆਂ ਲੜਕੀਆਂ ਜਿਹੜੀਆਂ ਵਾ ਗਰੀਬੀ ਹੋਣ ਕਰਕੇ ਹਟਾ ਦਿੱਤਾ ਜਾਂਦਾ ਹੈ ਜਾਂ ਉਹਨਾਂ ਨੂੰ ਪੜ੍ਹਾਈ ਦੇ ਖਰਚੇ ਨਹੀਂ ਪੂਰੇ ਹੁੰਦੇ, ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਜਾਂ ਆਪਣੇ ਵਾਸਤੇ ਤੁਸੀਂ ਕੀ ਮੈਸੇਜ ਕਰੋਗੇ ਲੋਕਾਂ? ਜਿਹੜੀਆਂ ਬੇਟੀਆਂ ਜਿਹੜੀਆਂ ਪੜ੍ਹਾਈ ਦੇ ਵਿੱਚ ਉਹਨਾਂ ਦੀਆਂ ਫੀਸਾਂ ਨਹੀਂ ਭਰੀਆਂ ਜਾਂਦੀਆਂ ਜਾਂ ਕਿਸ ਤਰ੍ਹਾਂ ਹੋਈਆਂ, ਮੈਂ ਤਾਂ ਆਪਣੀ ਜ਼ਿੰਦਗੀ 'ਚ ਇਹ ਦੇਖਿਆ ਕਿ ਅਸੀਂ ਉਹ ਆਸ ਨਾ ਛੱਡੀਏ, ਇਹਨੂੰ ਇੱਥੋਂ ਮੇਰੀ ਬੇਟੀ ਨੂੰ ਬਈ 9ਵੀਂ ਉਹਨੇ ਅੱਧੀ ਕੀਤੀ ਸੀ, ਅਜੇ ਤਾਂ ਸਕੂਲੋਂ ਕੱਢ ਦਿੱਤਾ ਗਿਆ ਸੀ, 10ਵੀਂ ਦੀ ਰਜਿਸਟ੍ਰੇਸ਼ਨ ਜਾਣੀ ਸੀ, ਫਿਰ ਮੈਂ ਘੱਟੋ ਘੱਟ 3 ਸਕੂਲਾਂ 'ਚ ਪਤਾ ਕੀਤਾ, ਤਾਂ ਕੋਈ ਵੀ ਬਿਨਾਂ ਫੀਸਾਂ ਤੋਂ ਜਾਂ ਇਸ ਪੋਜੀਸ਼ਨ 'ਚ ਬੇਟੀ ਨੂੰ ਇੰਨੀ ਪਰਸੈਂਟੇਜ ਹੋਣ ਦੇ ਬਾਵਜੂਦ ਵੀ ਐਡਮਿਸ਼ਨ ਨਹੀਂ ਸੀ ਕਰੇ, ਪਰ ਫਿਰ ਵੀ ਇਸ ਤੋਂ ਬਾਅਦ ਵੀ ਮੈਂ ਆਸ ਦਾ ਪੱਲਾ ਨਹੀਂ ਛੱਡਿਆ, ਜਦੋਂ 4ਵੀਂ ਵਾਰ ਜਿਸ ਜਗ੍ਹਾ ਮੈਂ ਸਕੂਲ 'ਚ ਗੱਲ ਕੀਤੀ ਤਾਂ ਉਹਨਾਂ ਨੇ ਜ਼ਰੂਰ ਸਾਡੀ ਹੈਲਪ ਕੀਤੀ ਹੈ, ਆਪਣੀ ਆਸ ਜਿਹੜੀ ਛੱਡੋ ਨਾ, ਜ਼ਰੂਰ ਕੋਸ਼ਿਸ਼ ਜ਼ਰੂਰ ਕਰੋ, ਕਿਤੇ ਨਾ ਕਿਤੇ ਪਰਮਾਤਮਾ ਜਿਹੜਾ ਉਹ ਸਹਾਈ ਜ਼ਰੂਰ ਹੁੰਦਾ ਹੈ। ਹੁਣ ਜਿਹੜਾ ਪੜ੍ਹਾਈ ਦਾ ਖਰਚਾ ਕਿਸ ਤਰ੍ਹਾਂ ਚੱਲਦਾ ਹੈ? ਪੜ੍ਹਾਈ ਦਾ ਖਰਚਾ ਸਾਰਾ NRI ਲੋਕ ਵਾ ਜਿਹੜੇ ਉਹ ਹੈਲਪ ਕਰ ਦਿੰਦੇ ਹੈ, ਕੁਛ ਜਿਹੜੇ ਸੰਸਥਾ ਬਣੀਆਂ ਹੋਈਆਂ ਆ ਮੈਨੂੰ ਉਹਨਾਂ ਤੋਂ ਖਰਚਾ ਆਉਂਦਾ ਆ,
काफी खर्चा आया 2 साल की पढ़ाई का, तकरीबन 1.5 लाख रुपया जरा खर्चा आ चुका वा। और सब जरा इन्नी भी हेल्प जी NRI बच्चों ने ही की है मेरी, उन्होंने सिर से मेरी बच्ची जी पढ़ गई है 2 साल। मैनू थोड़ा ये है कि बेटी जी अगे होर पढ़ लवे तो अपना जरा अपने जी जिंदगी है वह सही, कोई अच्छा काम उन्होंने वधिया जरा कोई कोर्स वगैरह कर लवे तो अपना जरा वा वह रुजगार से लग सके। अभी माता जी देख जा रहे हैं कि पंजाब में जमिया धियां जो पेड़ के मारिया जाता है, तो जब हम जब कि हमारी बेटी ने बहुत वही उपलब्धि प्राप्त की कहना चाहोगे उन्होंने? मैं तो यह कहना चाहवागी कि कभी भी यहोजा पाप ना करो, बेटियां इज्जत माण सत्कार दो, उन्होंने भी जीन का हक है। और बाकी सब तो वही गल ये है कि यह बेटी है जो मैं ये अडोप की है, ये मेरी मतलब सिस्टर की इदा तलाक होया सी तां इहनू बेटी नू जिहड़ा वा नाथ आश्रम भेजा जा रहा सी, और ये बेटी मैं मतलब शुरू तो ही अपने कोल ही रखी है और अपना ही नाम दिता वा इसनू। और जो पंजवीं च हुई है तो इहदी पढ़ाई जिहड़ी इन्नी मुश्किल हुई मैनू, तो इसके बावजूद भी मैं अपनी बेटी नू जिहड़ा वा पूरा इज्जत माण सत्कार दिता, प्यार दिता उन्हू मावां वाला, और उन्हू पढ़ाया है। और बेटी ने भी अगों अपनी मेरी इज्जत बनाई है समाज के विच। और मैं यही कहना चाहवांगी कि धियां नू दत्कार होना, धियां जिहड़ियां इह पुत्तरां नालों वध के। हांजी, बेटी वास्ते तुहाडा की सुपना है? बेटी दे मेरा यही सुपना है कि जिवें असीं अज डिपेंड वां किसी ते, असीं मैं अपनी बेटी नू पढ़ाया है, हैल्प लैके दुनिया लोगों को कुछ समाज सेवक लोगों ने मेरी हैल्प की है, कुछ NRI लोगों ने मेरी हैल्प की है। और एक स्नेहा है मेरी अपनी बेटी नू भी मैं यही शिक्षा दी है कि बच्चे तू ही भी गां इदां ही समाज की जिहड़ी सेवा करनी है, मनुखता की सेवा सब तो वड्डा धर्म। यही कहना चाहूंगी कि जिदा मैं पढ़ी है तो मेरा भी यही सुपना है कि मैं भी अगे जी होर कुड़ियां उन्होंने पढ़ा सका जी कि नहीं पढ़ सकती है, फीस करके नहीं पढ़ सकती। तो जिदा मैं NRI सिर पर पढ़ी हुई है तो मैं चाहनी हाँ कि मैं भी इदा एक स्कूल खोलना जिते सारी कुड़ियां पढ़ा सका जेडे फाइनैशियली गरीब होने करके नहीं पढ़ सकती है, बस मेरा यही सुपना है। मेरा नाम हरविंदर कौर है, मैं प्लस टू मैडिकल की हुई है तो हिंदू कन्या कॉलेज स्कूल तो की हुई है। धन्यवाद। हाँ जी, स्कूल वालों मैनू जी स्कॉलरशिप दिती गई सी, मेरी 7000 जी फीस आ लैस की गई सी स्कूल वालों, इस करके की गई सी बिकॉज 10th के भी परसेंटेज बहुत वधिया सी, फिर 11th उन्होंने मेरी परसेंटेज दे के जी मेरी फीस घट की, फिर 12th 11th के एंड से उन्होंने कहा कि जो 12th मेरी फीस का मतलब कि फीस असं घट कर देंगे जो स्टडीज वधिया रही, तो उदो भी मैं फस्ट पोजिशन हासिल की है पूरे साल, इस करके उन्होंने मेरी उच्च भी 7000 जी फीस है वो लैस की हुई है ताकि मैं अगे एजुकेट अपनी पढ़ाई जारी रख सकता। पंजाब सरकार मेरी पंजाब के जो मुख्यमंत्री है सरदार भगवंत मान जी उन्होंने ये बेनती है कि जिदा उन्होंने जेडिया कुड़ियाँ फस्ट आई हैं उन्होंने जिदा 50,000 की हेल्प की हुई है उन्होंने स्टडीज़ के लिए, तो मेरा भी इदा ही हेल्प की जाए ताकि मैं अपनी अगर स्टडीज़ कंटिन्यू कर सकता।